ਕੋਈ ਨਹੀਂ ਛੇ ਪੋਦੀ ਰਾਤ ਭਾਈ ਦਇਆ ਸਿੰਘ ਜੀ ਨੂੰ ਆਵਾਜ਼ ਮਾਰੀ ਸਤਿਗੁਰੂ ਕਹਿੰਦੇ ਭਾਈ ਦਇਆ ਸਿੰਘ ਆਪ ਵੀ ਛੇਤੀ ਉੱਠੋ ਤਿਆਰ ਹੋਵੋ ਮਾਂ ਮਾਤਾ ਗੁਜਰੀ ਸਾਹਿਬ ਨੂੰ ਜਾ ਕੇ ਕਹੋ ਆਪ ਵੀ ਉੱਠੇ ਇਹਨਾਂ ਬੱਚਿਆਂ ਨੂੰ ਵੀ ਉਠਾ ਲਵੇ ਆਪਾਂ ਹੁਣੇ ਕਿਲੇ ਚੋਂ ਚਲੇ ਜਾਂਦੇ ਭਾਈ ਦਇਆ ਸਿੰਘ ਜੀ ਮਾਂ ਮਾਤਾ ਗੁਜਰੀ ਸਾਹਿਬ ਦੇ ਕੋਲ ਜਾ ਆਵਾਜ਼ ਮਾਰੀ ਮਾਤਾ ਜੀ ਉੱਠੋ ਗੁਰੂ ਜੀ ਮੰਨ ਗਏ ਕਿਲਾ ਛੱਡਣ ਲਈ ਮਾਂ ਗੁਰੂ ਗੋਬਿੰਦ ਸਿੰਘ ਤਿਆਰ ਹੋ ਗਏ ਪਿਆਰੇ ਮਾਂ ਗੁਜਰੀ ਸਾਹਿਬ ਨੇ ਸ਼ੁਕਰ ਮਨਾਇਆ ਰੱਬ ਦਾ ਕਹਿੰਦੀ ਸ਼ੁਕਰ ਹੈ ਬਾਬਾ ਪਰਮੇਸ਼ਰ ਜੇ ਮੇਰਾ ਪੁੱਤ ਕਿਲਾ ਛੱਡਣ ਲਈ ਮੰਨ ਗਿਆ ਅਸੀਂ ਕੀ ਲੈਣਾ ਰਾਜਿਆਂ ਦੀਆਂ ਲੜਾਈਆਂ ਚੋਂ ਕਿਤੇ ਦੂਰ ਜਾ ਕੇ ਡੇਰੇ ਲਾ ਲਾਂਗੇ ਜਦੋਂ ਗੁਰੂ ਜੀ ਨੇ ਆਖਿਆ ਛੇਤੀ ਉੱਠ ਕੇ ਆ ਜਾਓ ਤੁਰੀ ਜਾਣੇ ਮਾਂ ਗੁਜਰੀ ਸਾਹਿਬ ਦੇ ਨਾਲ ਮਸੂਮ ਬਾਲ ਛੋਟੇ ਸਾਹਿਬਜ਼ਾਦੇ ਸੁੱਤੇ ਪਏ ਉਸ ਵਕਤ ਪਿਆਰਿਓ ਦਾਦੀ ਦੀ ਉਮਰ ਸੀ 80 ਸਾਲ ਮਾਂ ਗੁਜਰੀ ਸਾਹਿਬ ਦੋਨਾਂ ਨੂੰ ਹਲੂਣ ਕੇ ਜਗਾਉਣ ਲੱਗੀ ਕਹਿੰਦੀ ਪੁੱਤ ਜੋਰਾ ਬਾਰੇ ਪੁੱਤ ਫਤਿਹ ਸਿਆ ਉੱਠੋ ਪੁੱਤ ਅੱਜ ਆਪਾਂ ਕਿਤੇ ਦੂਰ ਚਲੇ ਜਾਂਦੇ ਅੱਜ ਪਾਣੀਪੁਰੀ ਦੇ ਵਿੱਚ ਰਹਿਣਾ ਉੱਠੋ ਮੇਰੇ ਨਾਲ ਸੋਹਣਿਓ ਅੱਜ ਪਾਣੀਪੁਰੀ ਦੇ ਵਿੱਚ ਰਹਿਣਾ ਉੱਠੋ ਮੇਰੇ ਨਾਲ ਸੋਹਣਿਓ ਆਪਾਂ